ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਮਨੀ ਵਿਰਕ। ਮੇਰੇ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਮੈਂ ਇੱਕ ਡਾਕੂਮੈਂਟਰੀ ਤੁਹਾਡੇ ਲਈ ਤਿਆਰ ਕੀਤੀ ਹੈ, ਜਿਹੜੀ ਕਿ ਦਰਸਾਊਗੀ ਵਿਰਕਾਂ ਦੇ ਬਾਰੇ 'ਚ। ਇਹ ਵਿਰਕ ਲੋਕ ਕਿੱਥੋਂ ਆਏ, ਕਿੱਥੋਂ ਦੇ ਹੁਣ ਇਹ ਵਸਨੀਕ ਨੇ, ਇਹਨਾਂ ਦੇ ਕੰਮ ਕਾਰ ਕਿੱਦਾਂ ਦੇ ਨੇ, ਇਹ ਗੱਲਾਂ ਅੱਜ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ 'ਤੇ। ਜਿਹੜੇ ਵੀ ਵੀਰਾਂ ਨੂੰ ਮੇਰੀ ਇਹ ਵੀਡੀਓ ਪਸੰਦ ਆਊਗੀ, ਉਹ ਲਾਈਕ ਕਰਿਓ, ਕਮੈਂਟ ਕਰਿਓ ਅਤੇ ਜ਼ਰੂਰ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇੱਕ ਜਿਹੜੀਆਂ ਵੀ ਇਹ ਗੱਲਾਂ ਅਸੀਂ ਤੁਹਾਨੂੰ ਦੱਸਾਂਗੇ, ਇਹ ਵਿਕੀਪੀਡੀਆ, ਕੁਝ ਲੇਖਕ ਅਤੇ ਕੁਝ ਜਿਹੜੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਹਿਲਾਂ ਤੋਂ ਪਈਆਂ ਨੇ, ਉੱਥੋਂ ਇਕੱਠੀਆਂ ਕੀਤੀਆਂ ਗਈਆਂ। ਸੋ ਕੁਛ ਦੰਤ ਕਥਾਵਾਂ ਵੀ ਮਸ਼ਹੂਰ ਨੇ, ਉਹਨਾਂ ਤੋਂ ਵੀ ਕੁਝ ਗੱਲਾਂ ਵਿਰਕਾਂ ਬਾਰੇ ਪਤਾ ਲੱਗਦੀਆਂ। ਆਓ ਜੀ, ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਇਹਨਾਂ ਦੇ ਇਤਿਹਾਸ ਤੋਂ। ਜੇਕਰ ਗੱਲ ਕਰੀਏ ਵਿਰਕ ਗੋਤ ਬਾਰੇ, ਤਾਂ ਇਹ ਲੋਕ ਯੂਨਾਨ ਤੋਂ ਆਏ ਹੋਏ ਮੰਨੇ ਜਾਂਦੇ ਹਨ। ਇਹਨਾਂ ਦੀ ਜਿਹੜੀ ਸਮਾਂ ਦਰਸਾਇਆ ਜਾਂਦਾ ਹੈ, ਉਹ 4400 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਕਹਿੰਦੇ ਹਨ ਕਿ ਇਹ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਇੱਥੋਂ ਦੇ ਮੂਲ ਨਿਵਾਸੀ ਨਹੀਂ ਸਨ, ਇਹ ਸਮੇਂ ਦੇ ਨਾਲ ਨਾਲ ਇੱਥੇ ਆਏ ਅਤੇ ਆ ਕੇ ਇੱਥੇ ਵੱਸ ਗਏ। ਇਹ ਵੀ ਕਿਹਾ ਜਾਂਦਾ ਹੈ ਕਿ ਗੀਤਾ ਅਤੇ ਮਹਾਂਭਾਰਤ ਵਿੱਚ ਵੀ ਇਹਨਾਂ ਦਾ ਉਲੇਖ ਮਿਲਦਾ ਹੈ। ਕਿੰਗ ਸ਼ਾਲਿਆ ਦੀ ਸੰਪੱਤੀ ਦਾ 6ਵਾਂ ਹਿੱਸਾ ਕਹਿੰਦੇ ਵਿਰਕਾਂ ਦੇ ਹੀ ਕੋਲ ਸੀ। ਸਮੇਂ ਦੇ ਨਾਲ ਨਾਲ ਇਹ ਦਰ ਬਦਰ ਆਉਂਦੇ ਆਉਂਦੇ ਭਾਰਤ ਦੇ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿੱਚ ਪਹੁੰਚ ਗਏ। ਜੇ ਗੱਲ ਕਰੀਏ ਵਿਰਕਾਂ ਦੇ ਨਾਮ ਬਾਰੇ, ਤਾਂ ਵਿਰਕਾਂ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਵੀ ਬੁਲਾਇਆ ਜਾਂਦਾ ਹੈ, ਕਿਉਂਕਿ ਜੇ ਮਾਲਵਾ, ਚਾਹੀਏ ਪੁਆਧ, ਮਾਝਾ, ਇਹ ਇਲਾਕੇ ਭਾਸ਼ਾਵਾਂ ਦੇ ਤੌਰ 'ਤੇ ਵੱਖਰੇ ਵੱਖਰੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਪਾਕਿਸਤਾਨ ਦਾ ਜਿਹੜਾ ਇਲਾਕਾ ਹੈ, ਗੁਜਰਾਂਵਾਲਾ, ਸ਼ੇਖੂਪੁਰਾ, ਇਹਨਾਂ ਦੇ ਵਿੱਚ ਵੀ ਵਿਰਕਾਂ ਦੇ ਕਾਫੀ ਪਿੰਡ ਨੇ। 132 ਦੇ ਕਰੀਬ ਪਿੰਡ ਇੱਥੇ ਵਿਰਕਾਂ ਦੇ ਦੱਸੇ ਜਾਂਦੇ ਹਨ। ਅਤੇ ਭਾਰਤੀ ਪੰਜਾਬ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਪਟਿਆਲਾ ਜ਼ਿਲ੍ਹਾ, ਜਲੰਧਰ ਜ਼ਿਲ੍ਹਾ, ਬਠਿੰਡਾ ਜ਼ਿਲ੍ਹਾ, ਇੱਥੇ ਵੀ ਵਿਰਕਾਂ ਦੇ ਕਾਫੀ ਲੋਕ ਰਹਿੰਦੇ ਨੇ। ਬਠਿੰਡੇ ਦੇ ਵਿੱਚ ਵਿਰਕ ਖੁਰਦ, ਵਿਰਕ ਕਲਾਂ ਅਤੇ ਬਰਕੰਦੀ, ਇਹ ਪਿੰਡ ਵਿਰਕਾਂ ਦੇ ਹਨ। ਜਲੰਧਰ ਦੇ ਵਿੱਚ ਇੱਕ ਵਿਰਕ ਨਾਂ ਦਾ ਹੀ ਪਿੰਡ ਹੈ, ਇੱਥੇ ਵੀ ਸਾਰੇ ਵਿਰਕ ਗੋਤ ਦੇ ਹੀ ਲੋਕ ਰਹਿੰਦੇ ਹਨ। ਗੁਰਦਾਸਪੁਰ ਦੇ ਵਿੱਚ ਵੀ ਧਾਰੀਵਾਲਾ ਪਿੰਡ ਕੋਲ ਇੱਕ ਵਿਰਕਾਂ ਦਾ ਪਿੰਡ ਹੈ, ਇੱਥੇ ਵੀ ਸਾਰੇ ਵਿਰਕ ਲੋਕ ਹੀ ਰਹਿੰਦੇ ਹਨ। ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦਾ ਕਰਨਾਲ ਹਿੱਸਾ, ਇੱਥੇ ਵੀ ਵਿਰਕਾਂ ਦੀ ਕਾਫੀ ਆਬਾਦੀ ਹੈ। ਉਸੇ ਹੀ ਤਰ੍ਹਾਂ ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਇਹਨਾਂ ਦੇ ਵਿੱਚ ਵੀ ਕਾਫੀ ਜਗ੍ਹਾ ਵਿਰਕਾਂ ਨੇ ਆਪਣੇ ਘਰ ਵਸਾਏ ਹੋਏ ਹਨ। ਗੱਲ ਕਰੀਏ ਭਾਰਤ ਅਤੇ ਪਾਕਿਸਤਾਨ ਤੋਂ ਬਾਹਰ ਦੀ, ਤਾਂ ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਇਟਲੀ ਅਤੇ ਹੋਰ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਵੀ ਵਿਰਕਾਂ ਦੀ ਆਬਾਦੀ ਪਾਈ ਜਾਂਦੀ ਹੈ। ਵਿਰਕਾਂ ਨੂੰ ਸ਼ੁਰੂ ਤੋਂ ਹੀ ਲੰਮੇ ਕੱਦ ਵਾਲੇ, ਸਾਫ਼ ਰੰਗ ਵਾਲੇ, ਨਿਡਰ, ਬੇਝਿਜਕ ਗੱਲ ਕਹਿਣ ਵਾਲੇ ਕਿਹਾ ਜਾਂਦਾ ਹੈ। ਛੇਤੀ ਕਿਤੇ ਇਹ ਕਿਸੇ ਦੀ ਗੱਲ ਨਹੀਂ ਸਾਰਦੇ। ਜੇਕਰ ਗੱਲ ਕਰੀਏ ਇਹਨਾਂ ਦੇ ਕਿੱਤੇ ਦੀ, ਤਾਂ ਪੁਰਾਤਨ ਇਹਨਾਂ ਦਾ ਕਿੱਤਾ ਸੀ ਘੋੜਿਆਂ ਅਤੇ ਮੱਝਾਂ ਦਾ ਵਪਾਰ। ਹਾਲਾਂਕਿ ਹੁਣ ਵੀ ਦੋਨੇ ਪੰਜਾਬਾਂ ਦੇ ਵਿੱਚ ਇਹ ਮੱਝਾਂ ਅਤੇ ਘੋੜੇ ਸ਼ੌਂਕ ਨਾਲ ਰੱਖਦੇ ਹਨ। ਵਿਰਕਾਂ ਦੇ ਵਿੱਚੋਂ ਹੀ ਇੱਕ ਬਹੁਤ ਵੱਡਾ ਨਾਮ ਹੋਇਆ, ਨਵਾਬ ਕਪੂਰ ਸਿੰਘ ਵਿਰਕ। ਨਵਾਬ ਕਪੂਰ ਸਿੰਘ ਵਿਰਕ ਜਿਨ੍ਹਾਂ ਨੇ 12 ਮਿਸਲਾਂ ਬਣਾਈਆਂ, ਅਤੇ ਇਹ ਸਮੇਂ ਸਮੇਂ ਦੇ ਨਾਲ ਸਿੱਖਾਂ ਲਈ ਅਤੇ ਵਿਰਕਾਂ ਲਈ ਪਹਾੜੀ ਰਾਜਾਂ ਨਾਲ ਲੜਦੇ ਰਹੇ, ਅਤੇ ਆਮ ਜਨਜਾਤੀਆਂ ਜਿਹੜੀਆਂ ਨੁਕਸਾਨ ਪਹੁੰਚਾਉਂਦੀਆਂ ਸਨ ਸਿੱਖ ਪੰਥ ਨੂੰ, ਉਹਨਾਂ ਨਾਲ ਵੀ ਲੜਦੇ ਰਹੇ। ਉਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਸਿੱਖ ਧਰਮ ਲਈ ਆਪਣਾ ਦਿੱਤਾ। ਨਵਾਬ ਕਪੂਰ ਸਿੰਘ ਵਿਰਕ ਨੂੰ 1737 ਦੇ ਵਿੱਚ ਅਕਾਲ ਤਖਤ ਦਾ ਜਥੇਦਾਰ ਵੀ ਬਣਾਇਆ ਗਿਆ। ਉਹਨਾਂ ਨੇ ਸਿੱਖ ਪੰਥ ਲਈ ਕਾਫੀ ਸੇਵਾ ਨਿਭਾਈ। ਇਸੇ ਹੀ ਤਰ੍ਹਾਂ ਬਹੁਤ ਸਾਰੇ ਨਾਮੀ ਜਿਹੜੇ ਹਸਤੀਆਂ ਨੇ ਉਹ ਵਿਰਕਾਂ 'ਚੋਂ ਨਿਕਲੀਆਂ ਨੇ।
ਇਹ ਵੀ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਸਮੇਂ ਵੀ ਵਿਰਕਾਂ ਦਾ ਕਾਫੀ ਨਾਮ ਸੀ। ਬ੍ਰਿਟਿਸ਼ਾਂ ਨੇ ਵੀ ਵਿਰਕਾਂ ਨੂੰ ਕਾਫੀ ਉੱਚੀਆਂ ਉਪਾਧੀਆਂ ਦਿੱਤੀਆਂ। ਜੇਕਰ ਅਸੀਂ ਗੱਲ ਕਰੀਏ ਵਿਰਕਾਂ ਦੇ ਸੰਸਕ੍ਰਿਤਕ ਨਾਂ ਦੀ, ਤਾਂ ਇਸਦਾ ਸੰਸਕ੍ਰਿਤਕ ਨਾਂ ਹੈ ਵੋਲਫ। ਵੋਲਫ ਦਾ ਅਰਥ ਹੁੰਦਾ ਹੈ ਭੇੜੀਆ। ਰਸ਼ੀਆ ਦੀ ਇੱਕ ਨਦੀ ਹੈ ਵੋਲਗ, ਉਸਦਾ ਨਾਮ ਵੀ ਵਿਰਕਾਂ ਦੇ ਨਾਮ ਤੋਂ ਹੀ ਰੱਖਿਆ ਗਿਆ ਹੈ। ਵੋਲਫ ਵੋਲਗ ਦਾ ਅਰਥ ਵੀ ਹੁੰਦਾ ਹੈ ਭੇੜੀਆ। ਵਿਰਕਾਂ ਦੇ ਰਹਿਣ ਸਹਿਣ ਅਤੇ ਇਹਨਾਂ ਦੀ ਸੋਚ ਬਾਰੇ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਕਿਸੇ ਲੇਖਕ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ਕੋਈ ਰਾਜਾ ਵਿਰਕਾਂ ਦੇ ਕਿਸੇ ਕਸਬੇ ਨੂੰ ਜਿੱਤਣਾ ਚਾਹੁੰਦਾ ਸੀ। ਉਸਨੇ ਵਾਰ ਵਾਰ ਹਮਲੇ ਕੀਤੇ ਅਤੇ ਕੋਸ਼ਿਸ਼ਾਂ ਕੀਤੀਆਂ, ਅੰਤ ਉਹ ਥੱਕ ਹਾਰ ਗਿਆ ਅਤੇ ਉਸਨੇ ਆਪਣੀ ਸੈਨਾ ਨੂੰ ਕਿਹਾ ਕਿ ਵਿਰਕਾਂ ਨੂੰ ਜਿੱਤਣਾ ਨਾਮੁਮਕਿਨ ਹੈ। ਇਸ ਤੋਂ ਭਲੀ ਗੱਲ ਇਹ ਹੈ ਕਿ ਇਹਨਾਂ ਨੂੰ ਜਿੱਤਣ ਲਈ ਇਹਨਾਂ ਨਾਲ ਦੋਸਤੀ ਹੀ ਕਰ ਲਈ ਜਾਵੇ। ਇਸ ਤੋਂ ਸਾਬਤ ਹੁੰਦਾ ਹੈ ਕਿ ਸ਼ੁਰੂ ਤੋਂ ਹੀ ਲੜਾਕੇ ਅਤੇ ਅਣਖੀ ਗੋਤ ਨਾਲ ਸੰਬੰਧ ਰੱਖਦੇ ਹਨ। ਇੱਕ ਲੇਖਕ ਆਪਣੇ ਲੇਖ ਦੇ ਵਿੱਚ ਇਹ ਵੀ ਲਿਖਦਾ ਹੈ ਕਿ ਜਦੋਂ ਉਹ ਕੈਸਪੀਅਨ ਸਮੁੰਦਰ ਦੇ ਕਿਨਾਰੇ 1970 ਦੇ ਵਿੱਚ ਸੈਰ ਕਰ ਰਿਹਾ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਮੁੱਲਾ ਮਿਲੇ। ਉਹਨਾਂ ਮੁੱਲਾ ਨੇ ਕਿਹਾ ਕਿ ਇਸ ਕੈਸਪੀਅਨ ਸਮੁੰਦਰ ਨੂੰ ਵਿਰਕਾਂ ਦੇ ਸਮੁੰਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਉਹ ਲੇਖਕ ਇਹ ਗੱਲ ਸੁਣ ਕੇ ਕਾਫੀ ਹੈਰਾਨ ਹੋਇਆ। ਉਸਨੇ ਜਾਣਨਾ ਚਾਹਿਆ ਕਿ ਇਹ ਅਕਸਰ ਵਿਰਕ ਕੌਣ ਨੇ। ਤਾਂ ਮੁੱਲਾ ਨੇ ਦੱਸਿਆ ਕਿ ਜਿਹੜੇ ਵਿਰਕ ਇੱਥੇ ਰਾਜ ਕਰਕੇ ਗਏ ਨੇ ਉਹਨਾਂ ਨੇ ਅੱਜ ਲਾਹੌਰ ਸ਼ਹਿਰ ਵਸਾਇਆ ਹੋਇਆ। ਮੈਨੂੰ ਉਮੀਦ ਹੈ ਕਿ ਸਾਡੀ ਇਸ ਡਾਕੂਮੈਂਟਰੀ ਦਾ ਭਾਗ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਜਿਸ ਵੀ ਕਿਸੇ ਮੇਰੇ ਵੀਰ ਨੇ ਤੁਹਾਡੇ ਗੋਦ ਜਾਂ ਤੁਹਾਡੇ ਕਿਸੇ ਵੀ ਕੰਮ 'ਤੇ ਡਾਕੂਮੈਂਟਰੀ ਬਣਾਉਣੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ। ਧੰਨਵਾਦ ਜੀ ਆਪਣਾ ਕੀਮਤੀ ਸਮਾਂ ਕੱਢਣ ਵਾਸਤੇ। ਆਪਣੀ ਅਗਲੀ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਕੁਛ ਇਸੇ ਤਰ੍ਹਾਂ ਦੀ ਦਿਲਚਸਪ ਕਹਾਣੀ ਤੁਹਾਡੇ ਨਾਲ ਲੈ ਕੇ ਆਵਾਂਗੇ।